ਹੈਲੋ ਗਾਇਜ਼, ਵੈਲਕਮ ਬੈਕ ਟੂ ਮਾਈ ਚੈਨਲ। ਅੱਜ ਅਸੀਂ ਬਣਾਉਣ ਵਾਲੇ ਹਾਂ ਸਰਦੀਆਂ ਦੀ ਖਾਸ ਖਾਸ ਆਈਟਮ, ਗਾਜਰ ਦਾ ਹਲਵਾ, ਜਿਹਨੂੰ ਅਸੀਂ ਕਹਿੰਦੇ ਹਾਂ ਗਜਰੇਲਾ। ਪਹਿਲੇ ਮੈਂ ਗਾਜਰਾਂ ਲਈਆਂ ਨੇ, ਉਹਨਾਂ ਨੂੰ ਗ੍ਰਾਇੰਡ ਕੀਤਾ ਹੈ, ਅਤੇ ਅਸੀਂ ਇਹਨੂੰ ਹੌਲੀ ਹੌਲੀ ਇਹਦਾ ਪਾਣੀ ਸੁੱਕੇਗਾ, ਜਦੋਂ ਪੂਰਾ ਪਾਣੀ ਸੁੱਕੇਗਾ ਫਿਰ ਅਸੀਂ ਇਹਦੇ ਵਿੱਚ ਦੇਸੀ ਘੀ ਪਾਵਾਂਗੇ। ਦੇਖੋ ਗਜਰਾ ਕਲਰ ਕਿੰਨਾ ਸੋਹਣਾ ਆ ਰਿਹਾ। ਅਜੇ ਬਸ ਥੋੜ੍ਹਾ ਜਿਹਾ ਬਣਾ ਰਹੇ ਹਾਂ, ਫਿਰ ਜਦੋਂ ਜ਼ਿਆਦਾ ਅਮਾਊਂਟ 'ਚ ਖਾਣਾ ਹੈ ਉਸ ਹਿਸਾਬ ਨਾਲ ਕੁਆਂਟਿਟੀ ਲੈ ਲਈ ਜਾਂਦੀ ਹੈ। ਅਸੀਂ ਇਹਦੇ ਵਿੱਚ ਪਾਵਾਂਗੇ ਚੀਨੀ, ਤਾਂ ਕਿ ਉਹਦਾ ਵੀ ਪਾਣੀ ਸੁੱਕ ਜਾਏ ਚੰਗੀ ਤਰ੍ਹਾਂ। ਚੀਨੀ ਦਾ ਪਾਣੀ ਸੁਕਾਉਣ ਤੋਂ ਬਾਅਦ ਫਿਰ ਅਸੀਂ ਪਾਵਾਂਗੇ ਇਹਦੇ ਵਿੱਚ ਘੀ, ਦੇਸੀ ਘੀ, ਠੀਕ ਹੈ, ਦੇਸੀ ਘੀ ਪਾਵਾਂਗੇ, ਫਿਰ ਡਰਾਈ ਫਰੂਟ ਵੀ ਪਾਵਾਂਗੇ, ਫਿਰ ਪਾਵਾਂਗੇ ਖੋਇਆ। ਦੇਖੋ ਸੁੱਕਣ ਤੋਂ ਬਾਅਦ ਕਿੰਨਾ ਵਧੀਆ ਲੱਗਣ ਲੱਗ ਗਿਆ। ਘੀ ਐਡ ਕਰਾਂਗੀ, ਇੰਨਾ ਕੁ ਦੇਸੀ ਘੀ, ਜੇ ਜ਼ਰੂਰਤ ਪਈ ਤਾਂ ਹੋਰ ਪਾਵਾਂਗੀ, ਨਹੀਂ ਤਾਂ ਫਿਰ ਖੋਇਆ ਅਤੇ ਦੁੱਧ ਵੀ ਖਾਵਾਂਗੀ। ਹੁਣ ਅਸੀਂ ਗਾਇਸ ਇਹਦੇ ਵਿੱਚ ਪਾਵਾਂਗੇ ਖੋਇਆ ਥੋੜ੍ਹਾ ਥੋੜ੍ਹਾ ਕਰਕੇ। ਖੋਏ ਨਾਲ ਇਹਦਾ ਅਲੱਗ ਹੀ, ਦੇਖੋ ਕਿੰਨੀਆਂ ਗਾਜਰਾਂ ਸੀ, ਸਿਰਫ ਭੁਣ ਕੇ ਇੰਨੀਆਂ ਕੁ ਰਹਿ ਗਈਆਂ। ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਪਾਣੀ ਸੁੱਕ ਗਿਆ। ਸਾਰਾ ਅੱਛੀ ਤਰ੍ਹਾਂ ਮਿਕਸ ਕਰਾਂਗੇ, 5 to 10 ਮਿੰਟਸ ਲਏਗਾ ਮਿਕਸ ਹੋਣ 'ਚ ਅੱਛੀ ਤਰ੍ਹਾਂ। ਕਲਰ ਵੀ ਇਹਦਾ ਥੋੜ੍ਹਾ ਜਿਹਾ ਦੇਖੋ ਚੇਂਜ ਹੋ ਰਿਹਾ ਗਾਜਰਾਂ ਦਾ। ਇੱਥੇ ਦੀ ਕੰਸਿਸਟੈਂਸੀ ਦੇਖੋ, ਹੁਣ ਅੱਛੀ ਤਰ੍ਹਾਂ ਸੁੱਕ ਜਾਏ, ਜ਼ਰਾ ਬਿਲਕੁਲ ਹੈ ਠੀਕ ਹੋ ਜਾਏ, ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਥੋੜ੍ਹਾ ਜਿਹਾ ਡਰਾਈ ਫਰੂਟ, ਠੀਕ ਹੈ, ਆਪਣੇ ਹਿਸਾਬ ਨਾਲ ਜ਼ਿਆਦਾ ਘੱਟ ਕਰ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਗਜਰੇਲਾ ਰੈਡੀ ਹੋ ਗਿਆ, ਹੁਣ ਅਸੀਂ ਇਹਨੂੰ ਸਰਵ ਕਰਾਂਗੇ। ਅਸੀਂ ਇਹਨੂੰ ਥੋੜ੍ਹਾ ਜਿਹਾ ਡਰਾਈ ਫਰੂਟ ਨਾਲ ਗਾਰਨਿਸ਼ਿੰਗ ਕਰ ਲਾਂਗੇ। ਲਓ ਜੀ, ਗਜਰੇਲਾ ਹੋ ਗਿਆ ਰੈਡੀ। ਗਾਇਜ਼, ਇਹੋ ਜਿਹੀਆਂ ਹੋਰ ਵੀਡੀਓਜ਼ ਲਈ ਪਲੀਜ਼ ਮੇਰੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰੋ। ਥੈਂਕ ਯੂ ਸੋ ਮੱਚ ਫੋਰ ਵਾਚਿੰਗ।